ਬੋਲੋ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ। ਬੋਲੋ ਬਾਬਾ ਭੁਗਮਣ ਸ਼ਾਹ ਮਹਾਰਾਜ ਕੀ ਜੈ। ਬੋਲੋ ਸੱਚੇ ਦਰਬਾਰ ਕੀ ਜੈ। ਜੀ ਲਾੜ ਫੜ ਕੇ ਤੇਰਾ ਬਾਬਾ, ਹੁਣ ਛੱਡਿਆ ਨਹੀਂ ਜਾਂਦਾ, ਤੇਰੇ ਦਰ ਉੱਤੇ ਆ ਗਏ ਪਿੱਛੇ ਹਟਿਆ ਨਹੀਂ ਜਾਂਦਾ, ਹੋ ਮੇਰਾ ਯਾਰ ਵੀ ਤੂੰ, ਮੇਰੀ ਜਾਨ ਵੀ ਤੂੰ, ਜੀ ਮੇਰੀ ਆਨ ਵੀ ਤੂੰ, ਮੇਰੀ ਸ਼ਾਨ ਵੀ ਤੂੰ, ਇਸ਼ਕ ਵੀ ਤੂੰ, ਈਮਾਨ ਵੀ ਤੂੰ, ਪਰਵਾਨ ਵੀ ਤੂੰ, ਜੀ ਮੇਰਾ ਸ਼ਾਮ ਸਲੋਨਾ ਕ੍ਰਿਸ਼ਨ ਮੁਰਾਰੀ, ਮੇਰਾ ਸੀਤਾ ਲਕਸ਼ਮਣ ਰਾਮ ਵੀ ਤੂੰ, ਫਰੀਦ ਜੇ ਕਰਮ ਕਰੇ ਮਨਸੂਰ ਵੀ ਤੂੰ, ਸੁਲਤਾਨ ਵੀ ਤੂੰ, ਹੋ ਯਾਰ ਫਰੀਦ ਜੇ ਕਰਮ ਕਰੇ ਮਨਸੂਰ ਵੀ ਤੂੰ, ਸੁਲਤਾਨ ਵੀ ਤੂੰ, ਜੀ ਲਾੜ ਫੜ ਕੇ ਤੇਰਾ ਬਾਬਾ, ਹੁਣ ਛੱਡਿਆ ਨਹੀਂ ਜਾਂਦਾ, ਲਾੜ ਫੜ ਕੇ ਤੇਰਾ ਬਾਬਾ, ਹੁਣ ਛੱਡਿਆ ਨਹੀਂ ਜਾਂਦਾ, ਤੇਰੇ ਦਰ ਉੱਤੇ ਆ ਗਿਆ ਪਿੱਛੇ ਹਟਿਆ ਨਹੀਂ ਜਾਂਦਾ, ਤੇਰੀ ਬਾਬਾ।
ਛੱਡਿਆ ਨਹੀਂ ਜਾਂਦਾ ਤੇਰੇ ਤਾਰੇ ਉੱਤੇ।
ਤੇਰਾ ਪਾਪਾ ਹੁਣ ਛੱਡਿਆ ਨਹੀਂ ਜਾਂਦਾ। ਬੋਲੋ ਬਾਬਾ ਬੁਮਣ ਸ਼ਾਹ ਮਹਾਰਾਜ ਕੀ ਜੈ। ਬੋਲੋ ਸੱਚੇ ਦਰਬਾਰ ਕੀ ਜੈ। ਖਸ ਖਸ ਜਿੰਨਾ ਸਾਈਆਂ ਕਦਰ ਨਾ ਮੇਰਾ, ਤੇ ਮੇਰੇ ਸਾਹਿਬ ਹੱਥ ਵੱਡਿਆਈਆਂ, ਮੈਂ ਗਲੀਆਂ ਦਾ ਰੂੜਾ ਕੂੜਾ, ਓਏ ਮੈਨੂੰ ਮਹਿਲ ਚੜਾਇਆ ਸਾਈਆਂ। ਜੇ ਵੇਖਾਂ ਤੇਰੀ ਰਹਿਮਤ ਨੂੰ, ਓਏ ਮੇਰੇ ਦਾਤਾ ਪੱਲੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਨੂੰ, ਓਏ ਮੇਰੇ ਸਾਈਆਂ ਪੱਲੇ ਪੱਲੇ। ਬੋਲੋ ਬਾਬਾ ਬੁਮਣ ਸ਼ਾਹ ਮਹਾਰਾਜ ਕੀ ਜੈ। ਕਰਮਾ ਵਾਲਾ ਏ,
हिसाब नहीं ਪੜ੍ਹਾਈਏ ਉਹ ਬੁੱਲੇ ਸ਼ਾਹ
ਨੂੰ ਮੁਕਾਈਏ ਆ ਜਾ ਯਾਰ ਦੇ ਦੀਦਾਰ ਓਏ ਆ ਜਾ ਯਾਰ ਦੇ ਦੀਦਾਰ ਆ ਜਾ ਯਾਰ ਓਏ ਸੋਹਣਾ ਸੰਗਰ ਬਾਬਾ ਭੁੱਪਣ ਸ਼ਾਹ ਮਹਾਰਾਜ ਕੀ ਜੈ। ਬੋਲੋ ਸੱਚੇ ਦਰਬਾਰ ਕੀ ਜੈ। ਸੋ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਬਈ ਜਕਾਰੇ ਦਾ ਜਵਾਬ ਜਕਾਰੇ ਨਾਲ ਦਿਆ ਕਰੋ, ਕਿਉਂਕਿ ਜਕਾਰਾ ਲਾਉਣ ਨਾਲ ਹੀ ਸਾਡੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੱਗਦੀ ਹੈ, ਸਾਡੀ ਰਸਨਾ ਪਵਿੱਤਰ ਹੁੰਦੀ ਹੈ। ਜਿੰਨੀ ਵੀ ਸੰਗਤ ਆਸਾਂ ਮੁਰਾਦਾਂ ਲੈ ਕੇ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚੀ ਹੈ, ਗੁਰੂ ਮਹਾਰਾਜ ਜੀ ਦੀ ਮੰਡਲੀ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਬਾਬਾ ਭੁੱਪਣ ਸ਼ਾਹ ਮਹਾਰਾਜ ਸਭ ਦੀਆਂ ਮਨੋ ਮੁਰਾਦਾਂ ਪੂਰੀਆਂ ਕਰਨ, ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੋਣ, ਸਾਰੀਆਂ ਸੰਗਤਾਂ ਝੋਲੀਆਂ ਭਰ ਕੇ ਲੈ ਜਾਣ। ਸੋ ਕਰੋ ਆਪਣੇ ਰਸਨਾ ਨੂੰ ਪਵਿੱਤਰ, ਜੁੜੀਏ ਇੱਕ ਵਾਰ ਫਿਰ ਗੁਰੂ ਮਹਾਰਾਜ ਜੀ ਦੇ ਸ਼ਬਦਾਂ ਦੇ ਨਾਲ, ਸ਼ਬਦ ਕੀਰਤਨ ਦੇ ਨਾਲ। ਬੋਲੋ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ। ਬੋਲੋ ਬਾਬਾ ਭੁੱਪਣ ਸ਼ਾਹ ਮਹਾਰਾਜ ਕੀ ਜੈ। ਬੋਲੋ ਸੱਚੇ ਦਰਬਾਰ ਕੀ ਜੈ। ਜੰਗਲ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ, ਜੰਗਲ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈਂਦਾ ਏ ਕੀਤਾ ਅਰਦਾਸਾਂ ਸੰਤਾਂ ਦਾ, ਚਾਹ ਪੂਰੀ ਹੋਵੇ ਹਰ ਦਿਲ ਦੀ ਹੋਵੇ ਪਰਵਾਸਾ ਸੰਤਾਂ ਦਾ, ਪੁੱਟ ਦਿੰਦੇ ਜੜਾਂ ਏ ਵਰਸ਼ ਦੀਆਂ, ਓਏ ਜਿਹੜਾ ਕਰੇ ਤਮਾਸ਼ਾ ਸੰਤਾਂ ਦਾ, ਓਏ ਜਿਹੜਾ ਕਰੇ ਤਮਾਸ਼ਾ ਸੰਤਾਂ ਦਾ। ਬੋਲੋ ਬਾਬਾ ਭੁੱਪਣ ਸ਼ਾਹ ਮਹਾਰਾਜ ਕੀ ਜੈ। ਸੋ ਕਹਿੰਦਾ ਜੰਗਲ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈਂਦਾ ਹੈ ਕੀਤਾ ਅਰਦਾਸਾ ਸੰਤਾਂ ਦਾ,
ਕਿਉਂਕਿ ਜਦੋਂ ਸੱਚੇ ਸੰਤ ਸੱਚੇ ਮਹਾਂਪੁਰਸ਼ ਸੱਚੇ ਮਹਾਂਪੁਰਸ਼ਾਂ ਦੇ ਮੁਖ ਦੇ ਵਿੱਚੋਂ ਬੁਖਾਰ ਬਿੰਦ ਚੋਂ ਕਿਸੇ ਦੇ ਪ੍ਰਤੀ ਕੋਈ ਵੀ ਅਰਦਾਸ ਬੇਨਤੀ ਨਿਕਲ ਜਾਂਦੀ ਹੈ ਤਾਂ ਜੇ ਕਰਮਾਂ ਦੇ ਵਿੱਚ ਕੁਛ ਨਹੀਂ ਲਿਖਿਆ ਹੁੰਦਾ ਪਰਮਾਤਮਾ ਨੂੰ ਉਹ ਵੀ ਮੰਨਣਾ ਪੈਂਦਾ ਹੈ। ਜਿਸ ਤਰ੍ਹਾਂ ਆਪਣੇ ਇਸ ਦਰਬਾਰ ਤੇ ਬਾਬਾ ਜੀ ਬਾਬਾ ਹਰੀਚੰਦ ਜੀ ਆਈਆਂ ਹੋਈਆਂ ਸੰਗਤਾਂ ਵਾਸਤੇ ਅਰਦਾਸਾਂ ਕਰਦੇ ਨੇ ਬੇਨਤੀਆਂ ਕਰਦੇ ਨੇ ਔਰ ਸੰਗਤਾਂ ਦੀਆਂ ਮਨੋ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਇਸ ਵਾਸਤੇ ਕਦੇ ਵੀ ਕਿਸੇ ਵੀ ਮਹਾਂਪੁਰਸ਼ ਨੂੰ ਕਿਸੇ ਸੰਤ ਪੀਰ ਫਕੀਰ ਨੂੰ ਮਾੜੇ ਲਫ਼ਜ਼ ਨਹੀਂ ਬੋਲਣੇ ਚਾਹੀਦੇ। ਚਾਹੇ ਤੁਸੀਂ ਕਿਸੇ ਨੂੰ ਵੀ ਮੰਨਦੇ ਹੋ, ਤੁਸੀਂ ਕੋਈ ਵੀ ਗੁਰੂ ਧਾਰਿਆ, ਪਰ ਕਿਸੇ ਨੂੰ ਵੀ ਮਾੜਾ ਕਹਿਣਾ ਚੰਗਾ ਨਹੀਂ ਹੁੰਦਾ, ਕਿਉਂਕਿ ਸਿਆਣੇ ਕਹਿੰਦੇ ਨੇ ਬੰਦੇ ਦੇ ਅੰਦਰ ਰੱਬ ਵੱਸਦਾ ਹੈ। ਇਸ ਕਰਕੇ ਆਮ ਬੰਦੇ ਨੂੰ ਵੀ ਮਾੜੇ ਲਫ਼ਜ਼ ਨਹੀਂ ਬੋਲਣੇ ਚਾਹੀਦੇ। ਕਹਿੰਦੇ ਰੱਬ ਦਾ ਬੰਨਿਆ ਸੰਗਲਾਂ ਦੇ ਨਾਲ ਫੱਕਰ ਆਣ ਛੁਡਾਵੇ, ਪਰ ਫੱਕਰ ਦਾ ਬੰਨਿਆ ਧਾਗੇ ਦੇ ਨਾਲ ਰੱਬ ਵੀ ਖੋਲ ਨਾ ਪਾਵੇ। ਜਦੋਂ ਇਹੋ ਜਿਹੇ ਪੀਰ ਫਕੀਰ ਇਹੋ ਜਿਹੇ ਸੰਤ ਮਹਾਂਪੁਰਸ਼ ਕਿਸੇ ਵਾਸਤੇ ਅਰਦਾਸ ਬੇਨਤੀ ਕਰਦੇ ਨੇ ਤਾਂ ਰੱਬ ਨੂੰ ਵੀ ਉਹ ਅਰਦਾਸਾਂ ਮੰਨਣੀਆਂ ਪੈਂਦੀਆਂ ਨੇ। ਸਵਾਓ ਜੁੜੀਏ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਨਾਲ। ਬੋਲੋ ਬਾਬਾ ਭੂਮਣ ਸ਼ਾਹ ਮਹਾਰਾਜ ਕੀ ਜੈ, ਬੋਲੋ ਸੱਚੇ ਦਰਬਾਰ ਕੀ ਜੈ। ਹੋ ਰੱਬਾ ਮੇਰੀ ਵੀ ਉਮਰ ਲੰਘ ਜਾਵੇ, ਸਤਿਗੁਰੂ ਮੇਰੇ ਸੰਗਤ ਵਾਲੇ ਨੂੰ ਸਤਿਗੁਰੂ ਮੇਰੇ ਸੰਗਤ ਵਾਲੇ ਨੂੰ।
ਵੰਡਦਾਰੀ ਰਾਮ ਦਾ ਖਜ਼ਾਨਾ ਭੁੰਮਣ ਸ਼ਾਹ ਪਿਆ ਵੰਡਦਾ ਰਾਮ ਦਾ ਖਜ਼ਾਨਾ ਭੁੰਮਣ ਸ਼ਾਹ ਪਿਆ ਵੰਡਦਾ ਉਹ ਡੁੱਬੇੜੀ ਡੁੱਬਦੀ ਤੂੰ ਆਪੇ ਬੰਨੇ ਲਾਵੇ ਸਤਿਗੁਰੂ ਮੇਰੇ ਸੰਗਰ ਵਾਲੇ ਨੂੰ ਰੱਬਾ ਮੇਰੀ ਵੀ ਉਮਰ ਲੱਗ ਜਾਵੇ ਸਤਿਗੁਰੂ ਮੇਰੇ ਸੰਗਰ ਵਾਲੇ ਨੂੰ ਨੰਦੀ ਮਾਂ ਵੀ ਲੱਗਣ ਨਾ ਦੇਵੀ ਸੰਤਾਂ ਦੇ ਪਿਆਰੀਆਂ ਨੂੰ ਉਹਦੇ ਉੱਤੇ ਪਾਣ ਜੀ ਸੰਗਤਾਂ ਪਿਆਰੀਆਂ ਨੂੰ ਉਹਦੇ ਉੱਤੇ ਪਾਣ ਜੀ ਉਹੀ ਗੁਰੂ ਪੀਰ ਸਾਡਾ ਉਹੀ ਜਿੱਤ ਜਾਣ ਜੀ ਉਹੀ ਗੁਰੂ ਪੀਰ ਸਾਡਾ ਉਹੀ ਜਿੱਤ ਜਾਣ ਜੀ ਸੰਗਤਾਂ ਪਿਆਰੀਆਂ ਨੂੰ ਉਹਦੇ ਉੱਤੇ ਪਾਣ ਜੀ ਸੰਗਤਾਂ ਪਿਆਰੀਆਂ ਨੂੰ ਉਹਦੇ ਉੱਤੇ ਪਾਣ ਜੀ ਇਹੀ ਰਾਤ ਨੇ ਰਾਤੀ ਗੁਣ ਉਹਦੇ ਗਾਵੇ ਸਤਿਗੁਰੂ ਮੇਰੇ ਸੰਗਰ ਵਾਲੇ ਨੂੰ ਰੱਬਾ ਮੇਰੀ ਵੀ ਉਮਰ ਲੱਗ ਜਾਵੇ ਸਤਿਗੁਰੂ ਮੇਰੇ ਸੰਗਰ ਵਾਲੇ ਨੂੰ ਹੀ ਤੱਤੀ ਵੀ ਲੱਗਣ ਨਾ ਦੇਵੀ ਸੰਗਤਾਂ ਦੇ ਰੱਖਣ ਵਾਲੇ ਨੂੰ ਤੱਤੀ ਵੀ ਲੱਗਣ ਨਾ ਦੇਵੀ ਸੰਗਤਾਂ ਦੇ ਰੱਖਣ ਵਾਲੇ ਨੂੰ ਰੱਬਾ ਮੇਰੀ ਵੀ ਉਮਰ ਲੱਗ ਜਾਵੇ ਸਤਿਗੁਰੂ ਮੇਰੇ ਸੰਗਰ ਵਾਲੇ ਨੂੰ ਰੱਬਾ ਮੇਰੀ ਵੀ ਉਮਰ ਲੱਗ ਜਾਵੇ ਬੋਲੋ ਬਾਬਾ ਭੁੰਮਣ ਸ਼ਾਹ ਮਹਾਰਾਜ ਕੀ ਜੈ ਬੋਲੋ ਸੱਚੇ ਦਰਬਾਰ ਕੀ ਜੈ ਸੁਰੱਬਾ ਮੇਰੀ ਵੀ ਉਮਰ ਲੱਗ ਜਾਵੇ ਸਤਿਗੁਰੂ ਮੇਰੇ ਸੰਗਰ ਵਾਲੇ ਨੂੰ ਗੁਰੂ ਦੇ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਬੜਾ ਖੁਸ਼ੀਆਂ ਭਰਿਆ ਬੜਾ ਭਾਗਾਂ ਭਰਿਆ ਸਮਾਂ ਮਾਲਕ ਨੇ ਬਖਸ਼ਿਆ ਹੈ ਸੇਵਕ ਪਰਿਵਾਰ ਸ਼੍ਰੀਮਾਨ ਸ਼੍ਰੀ ਚਾਨੀ ਰਾਮ ਜੀ ਢੋਟ ਉਹਨਾਂ ਦੀ ਫੁਲਵਾੜੀ ਉਹਨਾਂ ਦੇ ਪਿਆਰੇ ਸਪੁੱਤਰ ਮੇਰੇ ਛੋਟੇ ਵੀਰ ਸੰਦੀਪ ਕੁਮਾਰ ਜੀ ਢੋਟ ਪਿੰਡ ਮਾਛੀ ਵਾਲੇ ਦੇ ਰਹਿਣ ਵਾਲੇ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਸਪਾਵਨ ਪਵਿੱਤਰ ਦਰਬਾਰ ਅਤੇ ਗੁਰੂ ਮਹਾਰਾਜ ਜੀ ਦੇ ਮੰਦਰਾਂ ਵਿੱਚ ਅਰਦਾਸ ਬੇਨਤੀ ਕੀਤੀ ਸੀ ਕਿ ਗੁਰੂ ਮਹਾਰਾਜ ਉਹਨਾਂ ਦੇ ਘਰ ਪੁੱਤਰ ਦੀ ਫੁਲਵਾੜੀ ਬਖਸ਼ਣ ਤਾਂ ਉਹ ਗੁਰੂ ਮਹਾਰਾਜ ਜੀ ਦੇ ਦਰਬਾਰ 'ਤੇ ਲੰਗਰ ਦੇ ਭੰਡਾਰੇ ਚਲਾਉਣਗੇ ਗੁਰੂ ਮਹਾਰਾਜ ਜੀ ਦੀ ਮਹਿਮਾ ਗੁਰੂ ਮਹਾਰਾਜ ਜੀ ਦੇ ਸ਼ਬਦ ਕੀਰਤਨ ਗੁਰੂ ਮਹਾਰਾਜ ਜੀ ਦੇ ਸਤਸੰਗ ਕਰਵਾਉਣਗੇ ਔਰ ਜੋ ਵੀ ਬੰਦਾ ਸੱਚੇ ਦਿਲ ਨਾਲ ਸੱਚੇ ਮਨ ਨਾਲ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਤਾਂ ਗੁਰੂ ਮਹਾਰਾਜ ਵੀ ਆਪਣੇ ਸੇਵਕਾਂ ਦੀ ਅਰਦਾਸ ਬੇਨਤੀ ਨੂੰ ਜ਼ਰੂਰ ਸੁਣਦੇ ਨੇ ਸੋ ਬਾਬਾ ਭੁੰਮਣ ਸ਼ਾਹ ਮਹਾਰਾਜ ਜੀ ਨੇ
ਸੇਵਕ ਪਰਿਵਾਰ ਦੀ ਅਰਦਾਸ ਬੇਨਤੀ ਨੂੰ ਨੇੜੇ ਹੋ ਕੇ ਸੁਣਿਆ। ਸੇਵਕ ਪਰਿਵਾਰ ਦੇ ਵਿਸ਼ਵਾਸ ਨੂੰ ਕਾਇਮ ਰੱਖਦੇ ਹੋਏ ਉਹਨਾਂ ਦੀ ਅਰਦਾਸ ਬੇਨਤੀ ਸਵੀਕਾਰ ਕੀਤੀ ਔਰ ਸੰਦੀਪ ਕੁਮਾਰ ਦੇ ਘਰ ਕਾਕਾ ਅਰਨਵ ਕੰਬੋਜ ਜੀ ਨੇ ਜਨਮ ਲਿਆ ਔਰ ਅੱਜ ਸਾਰਾ ਪਰਿਵਾਰ ਆਪਣੀਆਂ ਮਨੌਤੀਆਂ ਉਤਾਰਦੇ ਹੋਏ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ ਜੋ ਕਿ ਅੱਜ ਸਵੇਰ ਤੋਂ ਹੀ ਗੁਰੂ ਮਹਾਰਾਜ ਜੀ ਦੇ ਲੰਗਰ ਦੇ ਭੰਡਾਰੇ ਚੱਲ ਰਹੇ ਨੇ ਅਤੇ ਨਾਲ ਹੀ ਬਾਬਾ ਜੀ ਦੀ ਮੰਡਲੀ ਵੱਲੋਂ ਗੁਰੂ ਮਹਾਰਾਜ ਜੀ ਦੀ ਸ਼ਾਨ ਦੇ ਵਿੱਚ ਸ਼ਬਦ ਗਾਏ ਜਾ ਰਹੇ ਨੇ। ਸੋ ਅਸੀਂ ਬਾਬਾ ਜੀ ਦੀ ਮੰਡਲੀ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਬਾਬਾ ਭੁੰਮਣ ਸ਼ਾਹ ਮਹਾਰਾਜ ਸੇਵਕ ਪਰਿਵਾਰ ਦਾ ਵਿਸ਼ਵਾਸ ਇਸੇ ਤਰ੍ਹਾਂ ਬਣਾਈ ਰੱਖਣ, ਸੇਵਕ ਪਰਿਵਾਰ ਗੁਰੂ ਮਹਾਰਾਜ ਜੀ ਦੇ ਗੁਣਗਾਨ ਗਾਉਂਦੇ ਰਹਿਣ, ਬਾਬਾ ਭੁੰਮਣ ਸ਼ਾਹ ਮਹਾਰਾਜ ਬੱਚੇ ਨੂੰ ਲੰਬੀਆਂ ਉਮਰਾਂ ਬਖਸ਼ੇ ਔਰ ਜਿੰਨੀਆਂ ਵੀ ਸੰਗਤਾਂ ਆਸਾਂ ਮੁਰਾਦਾਂ ਲੈ ਕੇ ਆਈਆਂ ਨੇ ਗੁਰੂ ਮਹਾਰਾਜ ਸਭ ਦੀਆਂ ਮਨੋ ਮੁਰਾਦਾਂ ਪੂਰੀਆਂ ਕਰੇ। ਸੋ ਆਓ ਜੋ ਕਿ ਅਕਸਰ ਹੀ ਆਪਾਂ ਗਾਉਂਦੇ ਹੁੰਦੇ ਹਾਂ, ਰੱਬਾ ਪੁੱਤਰਾਂ ਦਾ ਬੂਟਾ ਵਿਹੜੇ ਸਾਰਿਆਂ ਦੇ ਲਾਈ, ਸਾਰੇ ਰਲ ਮਿਲ ਕੇ ਅਰਦਾਸ ਕਰੀਏ ਕਿ ਜੋ ਭੈਣਾਂ ਮੇਰੀਆਂ ਇੱਥੇ ਅਰਦਾਸ ਲੈ ਕੇ ਆਉਂਦੀਆਂ ਨੇ, ਹਰ ਇੱਕ ਮਾਂ ਨੂੰ ਗੁਰੂ ਮਹਾਰਾਜ ਪੁੱਤਰ ਦੀ ਦਾਤ ਬਖਸ਼ੇ, ਹਰ ਇੱਕ ਭੈਣ ਨੂੰ ਵੀਰ ਬਖਸ਼ੇ, ਕਿਉਂਕਿ ਬੱਚਿਆਂ ਨਾਲ ਹੀ ਵਿਹੜੇ ਸੋਹਣੇ ਲੱਗਦੇ ਨੇ। ਸਾਰਿਆਂ ਨੂੰ ਬੇਨਤੀ ਸਭ ਸੰਗਤਾਂ ਨੂੰ ਕਿ ਕਰੋ ਆਪਣੇ ਰਸਨਾ ਨੂੰ ਪਵਿੱਤਰ, ਕਿਉਂਕਿ ਸੰਗਤ ਦੁਆਰਾ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ। ਸਭ ਨੂੰ ਬੇਨਤੀ ਕਿ ਜਕਾਰੇ ਦਾ ਜਵਾਬ ਜਕਾਰੇ ਨਾਲ ਦਿਓ, ਗੱਜ ਕੇ ਫਤਿਹ ਬੁਲਾਓ। ਬੋਲੋ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ, ਬੋਲੋ ਬਾਬਾ ਭੁੰਮਣ ਸ਼ਾਹ ਮਹਾਰਾਜ ਕੀ ਜੈ, ਬੋਲੋ ਸੱਚੇ ਦਰਬਾਰ ਕੀ ਜੈ। ਥੋੜੇ ਪੈਸੇ ਦੇ ਵੀ ਘੱਟ ਔਖੇ ਸੌਖੇ ਲਾਂਦੇ ਘੱਟ, ਥੋੜੇ ਪੈਸੇ ਦੇ ਵੀ ਘੱਟ ਔਖੇ ਸੌਖੇ ਲਾਂਦੇ ਘੱਟ, ਥੋੜੀ ਪਾਇਆ ਦੇ ਵੀ ਘੱਟ ਔਖੇ ਸੌਖੇ ਲਾਂਦੇ ਘੱਟ, ਥੋੜੀ ਪਾਇਆ ਦੇ ਵੀ ਘੱਟ ਔਖੇ ਸੌਖੇ ਲਾਂਦੇ ਘੱਟ, ਕਹਿੰਦੀ ਨਾ ਨਾ ਤੇਰੇ ਪੁੱਤਰ ਹੁੰਦੇ ਮਿੱਠੜੇ ਮੇਰੇ,
ਕਹਿੰਦੀ ਏ ਗੱਲ ਸਾਰੀ ਦੁਨੀਆ ਕਹਿੰਦੀ ਬਾਬਾ ਸ਼ਾਹ ਮਹਾਰਾਜ ਕੀ ਜੈ। ਬੋਲੋ ਸੱਚੇ ਦਰਬਾਰ ਕੀ ਜੈ। ਸੁਗੁਰੂ ਦੀ ਸਾਜੀ ਨਵਾਜੀ ਸਤਸੰਗ ਜੀਓ। ਹੁਣ ਜਿਸ ਤਰ੍ਹਾਂ ਪ੍ਰਬੰਧਕਾਂ ਦਾ ਹੁਕਮ ਹੋਇਆ ਹੈ ਕਿ ਟਾਈਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਦੋ ਸ਼ਬਦ ਹੋਰ ਦੋ ਭਜਨ ਹੋਰ ਗੁਰੂ ਚਰਨਾਂ ਵਿੱਚ ਬੋਲਾਂਗੇ। ਉਹਨਾਂ ਦੋ ਸ਼ਬਦਾਂ ਤੋਂ ਬਾਅਦ ਫਿਰ ਭੋਗ ਦਾ ਸ਼ਬਦ ਬੋਲ ਕੇ ਸ਼ਬਦ ਕੀਰਤਨ ਦੀ ਭਜਨ ਕੀਰਤਨ ਦੀ ਸ਼ਬਦਾਂ ਰਾਹੀਂ ਸਤਸੰਗ ਦੀ ਸਮਾਪਤੀ ਕਰਾਂਗੇ। ਸੋ ਆਓ ਦੋ ਸ਼ਬਦਾਂ ਦੀ ਹਾਜ਼ਰੀ ਹੋਰ ਲਗਵਾਈਏ। ਬੋਲੋ ਬਾਬਾ ਬੁਮਣ ਸ਼ਾਹ ਮਹਾਰਾਜ ਕੀ ਜੈ। ਬੋਲੀਏ ਬਾਬਾ ਬੁਮਨ ਸ਼ਾਹ ਮਹਾਰਾਜ ਕੀ ਜੈ।
ਭਾਈਆਂ ਤੇਰੀ ਦਾਰੀ ਤੋਂ ਮੇਰੇ ਮਤਾਂ ਹਜ਼ਾਰ ਹਾਂ ਸ਼ੁਕਰੇ ਗੁਜ਼ਾਰਾਂ ਤੇਰਾ ਸ਼ੁਕਰੇ ਗੁਜ਼ਾਰ ਸ਼ੁਕਰ ਗੁਜ਼ਾਰਾਂ ਤੇਰਾ ਸ਼ੁਕਰ।
ਪਾਤਸ਼ਾਹ ਮਹਾਰਾਜ ਕੀ। ਬੋਲੇ ਗੁਰੂ ਬਾਬਾ ਪੁੰਨ ਸ਼ਾਹ ਮਹਾਰਾਜ ਕੀ ਜੈ। ਬਹੁਤ ਸਾਚੇ ਦਰਬਾਰ ਕੀ ਜੈ। ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਇਹ ਉਹਨਾਂ ਦੇ ਵਾਸਤੇ ਸੰਦੇਸ਼ ਹੈ ਜੋ ਲੋਕ ਕੁੱਖ ਦੇ ਵਿੱਚ ਬੇਟੀ ਦਾ ਭਰੂਣ ਹੱਤਿਆ ਕਰਦੇ ਨੇ। ਸੋ ਬੇਟੀ ਨੂੰ ਜਨਮ ਦਿਓ, ਜੇ ਤੁਸੀਂ ਉਸ ਦੀ ਪਾਲਣ ਪੋਸ਼ਣ ਨਹੀਂ ਕਰ ਸਕਦੇ ਤਾਂ ਇਹ ਡੇਰੇ ਤੇ ਬਾਬਾ ਜੀ ਦੇ ਸੇਵਾਦਾਰ ਬਾਬਾ ਹਰੀ ਚੰਦ ਜੀ ਸੋ ਬੇਟੀਆਂ ਨੂੰ ਦਾਨ ਦਵਾਉਂਦੇ ਨੇ। ਅੱਗੋਂ ਬਹੁਤ ਸਾਰੀ ਦੁਨੀਆ ਬੈਠੀ ਏ ਜਿਹੜੀ ਕੁੱਖ ਜਿਨ੍ਹਾਂ ਦੀ ਅਜੇ ਸੁਲੱਖਣੀ ਨਹੀਂ ਏ। ਸੋ ਬੇਟੀਆਂ ਦਾਨ ਕਰ ਦਿਆ ਕਰੋ, ਲੇਕਿਨ ਬੇਟੀ ਨੂੰ ਕੁੱਖ ਦੇ ਵਿੱਚ ਨਾ ਮਾਰਿਆ ਕਰੋ। ਬੋਲੇ ਗੁਰੂ ਬਾਬਾ ਪੁੰਨ ਸ਼ਾਹ ਮਹਾਰਾਜ ਕੀ ਜੈ। ਮੇਰਾ ਵੀ ਕਰਤੇ ਬੱਜਣ ਬਾਪਣ ਬੂਹੇ ਸੇਰੇ ਆਮਣੇ ਖੁਸਰੇ ਲੈਣ ਵਧਾਈਆਂ ਅਮੀਏ ਵੇੜੇ ਤੇਰੇ ਮੇਰਾ ਵੀ ਜੀ ਕਰਦਾ ਗਾਈਏ ਵੀਰੇ ਦੀਆਂ ਘੋੜੀਆਂ ਸਾਡਾ ਵੀ ਜੀ ਕਰਦਾ ਗਾਈਏ ਵੀਰੇ ਦੀਆਂ ਘੋੜੀਆਂ ਇਹ ਜਗ ਚੰਦਰਾ ਕੌਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲੇ ਤੀਆਂ ਤਾਈਓ ਨਹੀਂ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਅਮੀਏ ਮਗਰੋਂ ਕੋਈ ਹੋਣ ਦਿੰਦਾ ਜੇ ਮਹੀਨੇ ਮੌਤ ਮੇਰੀ ਤੇ ਹੋਦਣੀ ਹੁਕਮ ਨੀ ਜਾਰੀ ਇੱਕ ਇੱਕ ਕਰਕੇ ਸਵੇਰ ਪੋਤਾਂ ਹੋ ਲੈਂਦੇ ਵਾਰੋ ਵਾਰੀ ਇੱਕ ਇੱਕ ਕਰਕੇ ਸਵੇਰ ਪੋਤਾਂ ਹੋ ਲੈਂਦੇ ਵਾਰੋ ਵਾਰੀ ਕੁੱਖ ਦੇ ਵਿੱਚ ਮਾਰ ਮੁਕਾਉਂਦਾ ਕੁੱਖ ਦੇ ਵਿੱਚ ਮਾਰ ਮੁਕਾਉਂਦਾ ਮੈਨੂੰ ਇੱਕ ਡਾਕਟਰ ਮਾ ਦੋ ਭਾਈਆਂ ਰੋਣ ਦਿੰਦਾ ਪੁੱਤਾਂ ਤੋਂ ਪਹਿਲੇ ਤੀਆਂ ਤਾਈਓ ਨਹੀਂ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਅਮੀਏ ਮਗਰੋਂ ਕੋਈ ਹੋਣ ਦਿੰਦਾ ਨਹੀਂ ਜਿਸ ਤੀਨੂੰ ਬਾਬਾ ਨਾਨਕ ਜਗ ਦੀ ਚਰਨੀ ਆਖ ਸੁਣਾ ਕੇ ਉਸ ਦੀ ਲਈ ਜਗ ਤੇ ਘਰ ਘਰ ਮਾਤ ਮਿਸਾ ਕੇ ਬਾਬਾ ਨਾਨਕ ਜੀ ਜਗ ਤੇ ਜਨਨੀ ਆਖ ਸੁਣਾ ਕੇ ਅੱਜ ਉਸ ਧੀ ਦੇ ਜੰਮਣ ਤੇ ਘਰ ਘਰ ਮਾਤ ਮਿਸਾ ਕੇ ਜਿਸ ਦੇ ਘਰ ਵਿੱਚ ਤਿੰਨ ਚਾਰ ਤੀਆਂ ਜਿਸ ਦੇ ਘਰ ਵਿੱਚ ਤਿੰਨ ਚਾਰ ਤੀਆਂ ਉਸ ਦੇ ਪੁੱਤੀ ਨੂੰ ਕੋਈ ਧੀ ਆਪਣੀ ਵੀ ਹੋਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲੇ ਤੀਆਂ ਤਾਈਓ ਨਹੀਂ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਅਮੀਏ ਮਗਰੋਂ ਕੋਈ ਹੋਣ ਦਿੰਦਾ ਨਹੀਂ
ਗੁਰੂ ਬਾਬਾ ਪੂਮਨ ਸ਼ਾਹ ਮਹਾਰਾਜ ਕੀ ਬਹੁਤ ਸਾਚੇ ਦਰਬਾਰ ਕੀ ਜੈ। ਹੈਲੋ, ਬੋਲੀ ਬਾਬਾ ਭੁਪਨ ਸ਼ਾਹ ਮਹਾਰਾਜ ਕੀ ਜੈ, ਬੋਲੋ ਸੱਚੇ ਦਰਬਾਰ ਕੀ ਜੈ। ਸੋ ਬਹੁਤ ਵਧੀਆ ਸੰਦੇਸ਼ ਦਿੱਤਾ ਭੈਣ ਜੀ ਨੇ, ਕਿਉਂਕਿ ਸਾਡੀ ਅਕਸਰ ਹੀ ਸੋਚ ਰਹਿੰਦੀ ਹੈ ਕਿ ਸਾਡੇ ਘਰ ਮਾਲਕ ਪੁੱਤਰ ਦੇਵੇ, ਪਰ ਜੇ ਧੀਆਂ ਨਾ ਹੋਣਗੀਆਂ ਤਾਂ ਇਹ ਸੰਸਾਰ ਕਿਸ ਤਰ੍ਹਾਂ ਚੱਲੇਗਾ। ਸੋ ਬਾਬਾ ਭੁਪਨ ਸ਼ਾਹ ਮਹਾਰਾਜ ਹਰ ਇੱਕ ਦੇ ਘਰ ਵਿੱਚ ਧੀ ਵੀ ਦੇਵੇ, ਪੁੱਤਰ ਵੀ ਦੇਵੇ।